ਪੰਜਾਬ ਦੇ ਅਧਿਆਪਕ ਆਪਣੀਆਂ ਹੱਕੀ ਮੰਗਾਂ ਕਾਰਨ ਲਗਾਤਾਰ ਸੜਕਾਂ ਤੇ ਨੇ, ਪਰ ਇਸ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਓਪੀ ਸੋਨੀ ਵੱਲੋਂ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ, ਜਿਸ ਕਰਕੇ ਇਹਨਾਂ ਅਧਿਆਪਕਾਂ ਵੱਲੋਂ ਦਿਨ ਪ੍ਰਤੀ ਦਿਨ ਸੰਘਰਸ਼ ਤਿੱਖਾ ਕੀਤਾ ਜਾ ਰਿਹਾ ਸੀ। ਪਰ ਹੁਣ ਅਧਿਆਪਕ ਸੰਘਰਸ਼ ਕਮੇਟੀ ਦੀ ਮੀਟਿੰਗ ਸਿੱਖਿਆ ਮੰਤਰੀ ਓਪੀ ਸੋਨੀ ਦੇ ਨਾਲ ਹੋਈ ਹੈ, ਜਿਸ ਤੋਂ ਬਾਅਦ ਓਪੀ ਸੋਨੀ ਦਾ ਕਹਿਣਾ ਹੈ ਕਿ ਜਲਦ ਹੀ ਇਹਨਾਂ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਬੱਚਿਆਂ ਦੇ ਪੇਪਰ ਵੀ ਨੇੜੇ ਨੇ, ਅਜਿਹੇ ਵਿੱਚ ਉਹਨਾਂ ਦੀ ਪੜ੍ਹਾਈ ਨੂੰ ਦੇਖਦਿਆਂ ਹੋਇਆਂ ਅਧਿਆਪਕਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਅੱਜ ਸੰਘਰਸ਼ ਕਮੇਟੀ ਜਿਹੜੀ ਬਣੀ ਹੈ ਉਹਨਾਂ ਦਾ ਮੀਟਿੰਗ ਸੀਗੀ, ਸੋ ਕਾਫੀ ਮਸਲੇ ਜਿਹੜੇ ਨੇ ਉਹ ਅਸੀਂ ਹੱਲ ਸੋਲਵ ਹੋ ਗਏ ਨੇ। ਇੱਕ ਅਸੀਂ ਕਰਨਾ CM ਸਾਹਿਬ ਦੀ, ਜਿਹੜੇ ਅਸੀਂ ਡਿਪਾਰਟਮੈਂਟ ਵੱਲੋਂ ਜਿੰਨੇ ਵੀ ਇਹਨਾਂ ਦੀਆਂ ਕੋਈ ਡਿਮਾਂਡ ਸੀ ਉਹ ਅਸੀਂ ਸਾਰੀਆਂ ਕੀਤੀਆਂ ਨੇ, ਉਹਦੇ 'ਤੇ ਰਿਵਿਊ ਕੀਤਾ, ਪਿੱਛੇ ਵੀ ਕੁਝ ਮੰਨੀਆਂ ਸੀ। ਹੁਣ ਜਿਹੜੇ 51-78 ਦੀ ਸੀ, ਜਿਹੜੇ ਸਸਪੈਂਡ ਕੀਤੇ ਸੀ ਜਾਂ ਹੋਰ ਕੋਈ ਮਸਲੇ ਸੀ, ਸਾਰੇ ਉਹ ਅੱਜ ਅਸੀਂ ਸੋਲਵ ਕੀਤੇ ਨੇ। ਇੱਕ ਰਹਿ ਗਿਆ CM ਸਾਹਿਬ ਦੀ ਮੀਟਿੰਗ ਜਿਹੜੀ ਆ ਉਹ ਅੱਜ ਹੀ ਇਹਨਾਂ ਨੂੰ ਟਾਈਮ ਜਿਹੜਾ ਮੈਂ CM ਸਾਹਿਬ ਦੇ ਦਫ਼ਤਰ ਜਾ ਕੇ ਲੈ ਕੇ ਅਤੇ ਮੀਟਿੰਗ ਕਰਾਉਣੀ ਆ। ਬਾਕੀ ਕੋਈ ਇਹੋ ਜਿਹੀ ਗੱਲ ਨਹੀਂ, ਸਾਰਾ ਸਿਸਟਮ ਠੀਕ ਆ, ਬੱਚਿਆਂ ਦੇ ਪੇਪਰ ਨੇ, ਇਗਜ਼ਾਮ ਨੇ। ਸੋ ਮੈਂ ਵੀ ਰਿਕੁਐਸਟ ਕੀਤੀ ਆ ਕਿ ਬੱਚਿਆਂ ਦੇ ਭਵਿੱਖ ਨੂੰ ਅਸੀਂ ਵੇਖਦੇ ਹੋਏ ਕੋਈ ਵੀ ਇਹੋ ਜਿਹਾ ਸਟੈਪ ਨਾ ਲਈਏ ਜਿਹਨਾਂ ਨਾਲ ਬੱਚਿਆਂ ਦਾ ਨੁਕਸਾਨ ਹੋਵੇ। ਸੋ ਮੇਰੀ ਗੱਲ ਇਹਨਾਂ ਮੰਨੇ ਨੇ, ਸਾਰੇ ਮੰਨੇ। ਦੱਸ ਦਈਏ ਸੰਘਰਸ਼ ਕਰ ਰਹੇ ਇਹਨਾਂ ਅਧਿਆਪਕਾਂ ਵਿੱਚੋਂ ਕਈ ਅਧਿਆਪਕਾਂ ਨੂੰ ਬਰਖਾਸਤ ਵੀ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅਧਿਆਪਕਾਂ ਵਿੱਚ ਹੋਰ ਵੀ ਜ਼ਿਆਦਾ ਰੋਸ ਵੱਧ ਗਿਆ ਸੀ ਅਤੇ ਇਹਨਾਂ ਅਧਿਆਪਕਾਂ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਸੀ। ਪਰ ਹੁਣ ਇਸ ਮੀਟਿੰਗ ਤੋਂ ਬਾਅਦ ਮੰਤਰੀ ਓਪੀ ਸੋਨੀ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਅਧਿਆਪਕਾਂ ਨੂੰ ਬਰਖਾਸਤ ਕੀਤਾ ਗਿਆ ਸੀ ਉਹਨਾਂ ਨੂੰ ਜਲਦ ਹੀ ਬਹਾਲ ਵੀ ਕੀਤਾ ਜਾਵੇਗਾ। ਹਾਂ ਦੇਖੋ, ਟੀਚਰ ਤਾਂ ਸਾਡੇ ਸਕੂਲਾਂ 'ਚ ਨੇ, ਟੀਚਰਾਂ ਦੀ ਕੋਈ ਗੱਲ ਨਹੀਂ, ਸਾਰੇ ਟੀਚਰ ਸਕੂਲਾਂ 'ਚ ਜਾ ਰਹੇ ਨੇ, ਸਾਡੇ ਸਕੂਲ ਠੀਕ ਚੱਲ ਰਹੇ ਨੇ, ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਵੇਖੀ ਗਈ ਸਕੂਲ 'ਚ? ਤੁਸੀਂ ਇੱਕ ਵਾਰ ਆਪ ਵੀ ਜਾਣਾ, ਮੀਡੀਆ ਵਾਲੇ ਸਾਰੇ ਤੁਸੀਂ ਸਕੂਲਾਂ ਜਾਓ, ਸਕੂਲ 'ਚ ਬਹੁਤ ਵਧੀਆ ਸਾਡੇ ਚੱਲ ਰਹੇ। ਉਹ ਵੇਖੋ ਹੇਠਲੇ ਲੈਵਲ 'ਤੇ ਹੋਇਆ ਸੀ, ਅੱਜ ਮੈਂ ਕਿਹਾ ਕਿਸੇ ਨੂੰ ਨਹੀਂ ਕਰਨਾ, ਅਸੀਂ ਸਾਰਾ ਸਿਸਟਮ ਠੀਕ ਕਰਨਾ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ। ਕੋਈ ਜੀ ਮੰਨੀ ਸਾਰੀ ਸਹਿਮਤੀ ਆ, ਫਿਰ ਵੇਖੋ ਲੀਡਰਾਂ ਨੇ ਤਾਂ ਕੁਝ ਨਾ ਕੁਝ ਕਰਨਾ ਹੀ ਹੁੰਦਾ ਨਾ, ਅਸੀਂ ਹੁਣ ਲੀਡਰ ਆ, ਲੀਡਰਾਂ ਨੇ ਕੁਛ ਨਾ ਕੁਝ ਕਰਨਾ ਹੁੰਦਾ ਜੀ। ਸੋ ਇਸ ਕਰਕੇ ਅੱਜ ਮੀਟਿੰਗ ਕੀਤੀ ਆ, ਤੁਹਾਨੂੰ ਸਾਡੇ ਨੇ ਮੇਰੇ ਨਾਲ ਐਗਰੀ ਕੀਤੇ ਨੇ, ਸਾਰਾ ਸਿਸਟਮ ਠੀਕ ਚੱਲੇਗਾ, ਕਿਸੇ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਏਗੀ। ਇਹ ਵੀ ਸਾਡੇ ਭਰਾ ਹੀ ਨੇ, ਜਿਹੜੇ ਲੀਡਰ ਨੇ ਇਹ ਵੀ ਸਾਡੇ ਭਰਾ ਨੇ, ਸੋ ਅਸੀਂ ਜਿਹੜਾ ਇਲੈਕਸ਼ਨ ਲੜ ਕੇ ਆਉਂਦੇ ਹਾਂ ਉਹਨਾਂ ਨੂੰ ਇਲੈਕਸ਼ਨ ਨਹੀਂ ਲੈਣਾ ਪੈਂਦਾ। ਸੋ ਗੱਲ ਆ ਵੀ ਲੀਡਰ ਤਾਂ ਸਾਰੇ ਲੀਡਰ ਆ, ਡੈਮੋਕ੍ਰੇਸੀ ਹੋਈ ਜੀ। ਸੋ ਅਧਿਆਪਕ ਕਾਫੀ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੜਕਾਂ ਤੇ ਉਤਰੇ ਨੇ, ਪਰ ਇਸ ਦੇ ਬਾਵਜੂਦ ਵੀ ਓਪੀ ਸੋਨੀ ਵੱਲੋਂ ਕੋਈ ਵੀ ਹੱਲ ਨਾ ਕਰਨਾ ਸਰਕਾਰ ਦੀ ਨਾਕਾਮੀ ਨੂੰ ਜ਼ਾਹਿਰ ਕਰਦਾ ਹੈ। ਖੈਰ ਵੇਖਣਾ ਹੋਵੇਗਾ ਕਿ ਇਹਨਾਂ ਅਧਿਆਪਕਾਂ ਨੂੰ ਜੋ ਵਿਸ਼ਵਾਸ ਦਿੱਤਾ ਗਿਆ ਉਸ ਦੀ ਪੂਰਤੀ ਓਪੀ ਸੋਨੀ ਵੱਲੋਂ ਕਦੋਂ ਕੀਤੀ ਜਾਂਦੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।